ਤੇ ਉਹਨਾਂ ਦੀ ਮਾਨਸਿਕਤਾ ਦੇਖੋ ਕਿ ਵੀ ਉਹਨਾਂ ਦਾ ਬੇਟਾ ਭਾਈ ਮਹਿਲ ਸਿੰਘ ਵਰਲਡ ਵਾਈਡ ਕਥਾ ਪ੍ਰਚਾਰ ਕਰਦਾ ਹੈ। ਜਾਂਦਾ ਨਹੀਂ, ਇੱਕ ਕੁਰਸੀ ਜੈਂ ਕਰੀ ਜਾਂਦਾ ਲੱਤਾਂ ਨਾਲ। ਮੈਂ ਚਾਚਾ ਕੀ ਲੈਣਾ ਆ ਤੂੰ ਇੱਥੇ, ਤੈਨੂੰ ਸ਼ਰਾਬ ਦਾ ਘਾਟਾ ਕਰ ਜੋ। ਅਤੇ ਆਪ ਉਹ ਸ਼ਰਾਬ ਦਾ ਸੇਵਨ ਕਰਦਾ ਜੀ। ਇਹ ਕੋਈ ਉਮਰ ਉਹਨਾਂ ਦੀ, ਕੋਈ ਸ਼ਰਾਬ ਪੀਣ ਦੀ ਨਹੀਂ। 100 ਸਾਲ ਦੀ ਉਮਰ ਹੋ ਗਈ ਆ, ਸ਼ਰਾਬ ਪੀ ਕੇ ਕਦੀ ਉੱਥੇ ਕਿਸੇ ਰੂੜੀ 'ਤੇ ਡਿੱਗ ਪੈਣਾ, ਕਿਸੇ ਸੜਕ 'ਤੇ ਡਿੱਗ ਪੈਣਾ। ਇਹਦੀ ਇੰਨੀ ਸੇਵਾ ਕੀਤੀ ਮਹਿਲ ਸੋਨੇ ਜੀ ਦੇ ਵਾਸਤੇ, ਬਦਨਾਮੀ ਇਹਨੇ ਕੀਤੀ ਆ। ਜਿਹੜੇ ਚਰਿੱਤਰ ਨੂੰ ਇਸ ਤਰ੍ਹਾਂ ਉਛਾਲਣਾ, ਉਹ ਵੀ ਬਿਨਾਂ ਕਿਸੇ ਵਜ੍ਹਾ ਤੋਂ, ਬਹੁਤ ਮਾੜੀ ਗੱਲ ਆ ਜੀ। ਕੀਤੀ ਵੀ ਉਹਨਾਂ ਨੂੰ ਬਾਹਰ USA ਆਪਣੇ ਕੋਲ ਹੀ ਰੱਖਿਆ ਜਾਵੇ, ਪਰ ਬਾਪੂ ਇੱਕ ਜਿੱਦ 'ਤੇ ਅੜਿਆ ਹੋਇਆ ਸੀ ਵੀ ਨਹੀਂ, ਉੱਧਰ ਆ ਸਵਾਦ ਨਹੀਂ ਮਿਲਦਾ ਜੀ, ਜਿਹੜੀ ਚੁਗਲੀ ਨਿੰਦਿਆ ਲੋਕਾਂ ਦੀ ਕਰਨੀ ਜਾਂ ਲੋਕਾਂ ਨਾਲ। ਪਿੰਡ ਦੀ ਪੂਰੀ ਰਿਪੋਰਟ ਹੁੰਦੀ ਆ, ਸਰਪੰਚ ਸਾਹਿਬ ਕੋਲ ਪਹਿਲਾਂ ਜਾਂਦੀ ਆ ਕਿਸੇ ਲੜਾਈ ਝਗੜਾ ਮਸਲਾ ਜੋ ਵੀ ਹੁੰਦਾ, ਅਤੇ ਸਰਪੰਚ ਸਾਹਿਬ ਬੜੀ ਨਜ਼ਦੀਕੀ ਨਾਲ ਜਾਂਦੇ ਨੇ, ਗੱਲਬਾਤ ਕਰਦੇ ਹਾਂ। ਹਾਂਜੀ ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਸਵਾਗਤ ਕਰਦੇ ਜਨਤਾ ਦੀ ਆਵਾਜ਼ TV ਤੁਹਾਡਾ ਜੀ। ਹਾਂਜੀ, ਤੁਹਾਡਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਆ। ਜੋ ਇਹ ਵੀਡੀਓ ਬਣੀ ਆ ਜੀ, ਵਿਵਾਦ ਚੱਲ ਰਿਹਾ ਜੀ ਪਿਛਲੇ ਕੁਝ ਦਿਨਾਂ ਤੋਂ ਮਹਿਲ ਸਿੰਘ ਬਾਰੇ। ਮਹਿਲ ਸਿੰਘ ਇਸ ਤਰ੍ਹਾਂ ਦੇ ਕੋਈ ਇਨਸਾਨ ਹੈ ਹੀ ਨਹੀਂ, ਨਾ ਹੀ ਕਦੀ ਇਹੋ ਜਿਹੀ ਅਸੀਂ ਗੱਲ ਸੁਣੀ ਆ। ਮੈਂ ਦੂਸਰੀ ਵਾਰ ਪਿੰਡ ਤੋਂ ਸਰਪੰਚ ਬਣਿਆ ਜੀ ਇਸ ਵਾਰ, ਇੱਕ ਜ਼ਿੰਮੇਵਾਰ ਅਹੁਦੇ 'ਤੇ ਹੁੰਦਾ ਹੋਇਆ ਵੀ ਮੈਂ ਇਸ ਗੱਲ ਦਾ ਬਿਲਕੁਲ ਖੰਡਨ ਕਰਦਾ ਵੀ ਮਹਿਲ ਸਿੰਘ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ ਹੋਣਾ। ਰਹੀ ਗੱਲ ਬਾਪੂ ਸਰਦੂਲ ਸਿੰਘ ਦੀ, ਉਹਨਾਂ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਆ। ਜਦੋਂ ਅਸੀਂ ਤਾਂ ਰਹਿੰਦੇ, ਸਾਨੂੰ ਪਤਾ ਹਰ ਰੋਜ਼ ਕਿਸੇ ਨਾਲ ਲੜਾਈ ਝਗੜਾ, ਕਲੇਸ਼ ਕਰਨਾ ਉਹਨਾਂ ਦਾ ਇਹੀ ਕੰਮ ਸੀ। ਇਸੇ ਕਲੇਸ਼ ਤੋਂ ਡਰਦੇ ਹੋਏ ਮਹਿਲ ਸਿੰਘ ਉਹਨਾਂ ਨੂੰ USA ਵੀ ਲੈ ਗਏ ਸੀ। 1.5-2 ਸਾਲ ਉੱਥੇ ਲਾਉਣ ਤੋਂ ਬਾਅਦ ਫਿਰ ਉਹਨਾਂ ਨੇ ਜੀ ਵਾਪਸੀ ਉੱਥੇ ਲੜਾਈ ਝਗੜਾ ਆਪਣੀ ਨੂੰਹ ਨਾਲ ਵੀ, ਬੱਚਿਆਂ ਨਾਲ ਵੀ, ਸਾਰਾ ਕੁਝ ਸੇਵਾ ਕਰਦਿਆਂ ਹੋਇਆਂ ਵੀ ਉਹਨਾਂ 'ਤੇ ਬੇਬੁਨਿਆਦ ਇਲਜ਼ਾਮ ਲਗਾਉਣੇ, ਜੇ ਕਿਸੇ ਨੇ ਫੋਨ 'ਤੇ ਗੱਲ ਕਰ ਲੈਣੀ ਵੀ ਇੱਥੇ ਮੇਰੇ ਪੋਤਰੇ ਆ ਗਲਤ ਕੰਮ ਕਰਦੇ ਨੇ ਜੀ, ਮੇਰੀ ਨੂੰਹ ਮੇਰੀ ਸੇਵਾ ਨਹੀਂ ਕਰਦੀ, ਸਾਰਾ ਕੁਝ ਹੁੰਦੇ ਹੋਏ ਵੀ। ਤੁਸੀਂ ਆਪ ਹੀ ਦੇਖਿਆ ਵੀ ਇੰਨੀਆਂ ਵੱਡੀਆਂ ਕੋਠੀਆਂ ਪਾਈਆਂ ਹੋਈਆਂ ਨੇ ਸ਼ਹਿਰ ਦੇ ਵਿੱਚ, ਪਾਤਲਾਂ ਵੀ ਕੋਠੀਆਂ ਪਾਈਆਂ ਹੋਈਆਂ ਨੇ, ਗੱਡੀ ਇੱਥੇ ਖਿਲਾਰੀ ਹੋਈ ਆ, ਸਿਰਫ ਇੱਕ ਬਾਪੂ ਸਰਦੂਲ ਸਿੰਘ ਵਾਸਤੇ ਖਿਲਾਰੀ ਹੋਈ ਹੈ। ਹੋਰ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਾ ਇੱਥੇ ਆਉਂਦਾ ਨਾ ਰਹਿੰਦਾ। ਬਾਪੂ ਮਹਿਲ ਸਿੰਘ ਆਉਂਦੇ ਨੇ ਕਿਤੇ 2 ਸਾਲਾਂ 'ਚ, ਸਾਲ ਬਾਅਦ, ਮਹੀਨਾ 2, ਇਸ ਤੋਂ ਜ਼ਿਆਦਾ। ਸਾਹਿਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਆਪਣੇ ਬਾਪੂ ਜੀ ਵਾਸਤੇ ਹਰ ਸੁੱਖ ਸੁਵਿਧਾ ਦਿੱਤੀ ਆ? ਹਾਂਜੀ ਹਾਂ, ਸਾਰੀ ਸੁਵਿਧਾ ਦੇਣ ਦੇ ਬਾਵਜੂਦ ਵੀ ਜੀ ਇਹ ਤਾਂ ਸਗੋਂ ਕਹਿੰਦੇ ਰਹਿੰਦੇ ਨੇ ਵੀ ਸਾਡੇ ਬਾਪੂ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਉਹਨਾਂ ਦਾ ਖਿਆਲ ਰੱਖਿਆ ਕਰੋ। ਇਹਨਾਂ ਪਹਿਲਾਂ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਬਾਹਰ USA ਆਪਣੇ ਕੋਲ ਹੀ ਰੱਖਿਆ ਜਾਵੇ, ਪਰ ਬਾਪੂ ਇੱਕ ਜਿੱਦ 'ਤੇ ਅੜਿਆ ਹੋਇਆ ਸੀ ਵੀ ਨਹੀਂ, ਉੱਧਰ ਆ ਸਵਾਦ ਨਹੀਂ ਮਿਲਦਾ ਜੀ, ਜਿਹੜੀ ਚੁਗਲੀ ਨਿੰਦਿਆ ਲੋਕਾਂ ਦੀ ਕਰਨੀ ਜਾਂ ਲੋਕਾਂ ਨਾਲ ਐਵੇਂ ਲੜਾਈ ਝਗੜਾ ਕਰਨਾ। ਕੁਛ ਇਸ ਉਮਰ ਦੇ ਵਿੱਚ ਵੀ ਕਹਿਣ ਨੂੰ ਜੀ ਨਹੀਂ ਕਰਦਾ, ਚਲੋ ਬਜ਼ੁਰਗਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ, ਸਾਨੂੰ ਉਹ ਸ਼ਬਦ ਅਸੀਂ ਆਪਦੀ ਜ਼ਬਾਨ 'ਚੋਂ ਨਹੀਂ ਬੋਲ ਸਕਦੇ, ਪਰ ਫਿਰ ਵੀ ਆਪਾਂ ਜੇ ਕਹੀਏ ਤਾਂ ਉਹ ਇੱਕ ਕੋਈ ਵਧੀਆ ਇਨਸਾਨ ਨਹੀਂ ਨੇ। ਇਸ ਉਮਰ ਦੇ ਵਿੱਚ ਵੀ ਸਾਰਾ ਗੁਰਮੁਖ ਪਰਿਵਾਰ ਹੋਣ ਦੇ ਬਾਵਜੂਦ, ਪਹਿਲਾਂ ਤਾਂ ਉਹਨਾਂ ਦੀ ਮਾਨਸਿਕਤਾ ਦੇਖੋ ਕਿ ਵੀ ਉਹਨਾਂ ਦਾ ਬੇਟਾ ਭਾਈ ਮਹਿਲ ਸਿੰਘ ਵਰਲਡ ਵਾਈਡ ਕਥਾ ਪ੍ਰਚਾਰ ਕਰਦਾ ਹੈ, ਅਤੇ ਆਪ ਉਹ ਸ਼ਰਾਬ ਦਾ ਸੇਵਨ ਕਰਦਾ ਜੀ। ਇਹ ਕੋਈ ਉਮਰ ਉਹਨਾਂ ਦੀ, ਕੋਈ ਸ਼ਰਾਬ ਪੀਣ ਦੀ ਨਹੀਂ। 100 ਸਾਲ ਦੀ ਉਮਰ ਹੋ ਗਈ ਆ, ਸ਼ਰਾਬ ਪੀ ਕੇ ਕਦੀ ਉੱਥੇ ਕਿਸੇ ਰੂੜੀ 'ਤੇ ਡਿੱਗ ਪੈਣਾ, ਕਿਸੇ ਸੜਕ 'ਤੇ ਡਿੱਗ ਪੈਣਾ। ਲੋਕ ਚੁੱਕ ਕੇ ਘਰ ਛੱਡ ਕੇ ਜਾਂਦੇ ਸੀ ਅਤੇ ਮਹਿਲ ਸਿੰਘ ਨੂੰ ਫੋਨ ਕਰਨਾ ਵੀ ਤੇਰਾ ਬਾਪੂ ਅੱਜ ਉੱਥੇ ਡਿੱਗਾ ਪਿਆ ਜੀ, ਉੱਥੇ ਡਿੱਗਾ ਪਿਆ। ਇਸੇ ਚੱਕਰ ਦੇ ਵਿੱਚ ਇਹਨਾਂ ਨੇ ਸਾਰੀਆਂ ਆਪਣੀਆਂ ਭੈਣਾਂ ਨੂੰ ਇਕੱਠੇ ਕੀਤਾ, ਸਾਰੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਧੱਕੇ ਨਾਲ ਜੀ ਉਹਨਾਂ ਨੂੰ ਬਾਪੂ ਆਪਣੇ ਨੂੰ USA ਲੈ ਕੇ ਗਏ ਨੇ। ਪਰ ਫਿਰ ਵੀ ਇਹ ਪਿੱਛੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਬਾਪੂ ਸਰਦੂਲ ਸਿੰਘ ਨੂੰ ਕਿ ਵੋਟਾਂ ਦਾ ਦੌਰ ਤੁਹਾਨੂੰ ਪਤਾ ਹੀ ਹੈ ਜਿਵੇਂ ਸਰਪੰਚੀ ਦਾ ਚੱਲ ਰਿਹਾ ਸੀ, ਇਹ ਉਸ ਤੋਂ ਮਹੀਨਾ ਕੁ ਪਹਿਲਾਂ ਹੀ ਆ ਗਏ ਨੇ ਵੀ ਹੁਣ ਪਿੰਡ 'ਚ ਸਵਾਦ ਲਵਾਂਗੇ ਅਸੀਂ ਜਾ ਕੇ। ਘਰ ਜਾਣਾ ਕਦੀ ਉਹਦੇ ਘਰ ਭੱਜ ਜਾਣਾ ਜੀ, ਉਹਦੇ ਘਰੋਂ ਸ਼ਰਾਬ ਪੀ ਲਈ, ਆਹੀ ਕੰਮ ਉਸ ਤੋਂ ਮਹਿਲ ਸਿੰਘ ਅਤੇ ਉਸ ਤੋਂ 10-15 ਦਿਨ ਬਾਅਦ 'ਚ ਆਏ ਨੇ। ਅਤੇ ਇਸੇ ਸਵਾਦ ਦੇ ਚੱਕਰ 'ਚ ਵੀ ਘਰ ਘਰ ਜਾ ਕੇ ਚੁਗਲੀਆਂ ਕਰੀਏ ਲੋਕਾਂ ਦੀਆਂ ਜਾਂ ਲੜੀਏ, ਉਹਨਾਂ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਆ। ਸਰਪੰਚ ਸਾਹਿਬ ਮਤਲਬ ਤੁਹਾਡੇ ਕਹਿੰਦਾ ਭਾਵ ਇਹ ਆ ਭਾਈ ਮਹਿਲ ਸਿੰਘ ਬੰਨੀ ਉਹ ਆਪਣੇ ਪੁੱਤਰ ਬੰਨੇ ਕੇ ਚੰਗੇ ਫਰਜ਼ ਨਿਭਾਏ ਗਏ ਨੇ ਵੀ ਉਹਨਾਂ ਨੂੰ ਆਪਣੇ ਪਿਤਾ ਨੂੰ ਹਰ ਸੁੱਖ ਸੁਵਿਧਾ ਜਿਹੜੀ ਦਿੱਤੀ ਗਈ ਹੈ। ਮੈਂ ਕਹਿੰਦਾ ਜੀ ਵੀ ਹਰ ਇੱਕ ਇਨਸਾਨ ਦੀ ਇਹੀ ਇੱਛਾ ਹੁੰਦੀ ਵੀ ਉਹਦੀ ਜਿਹੜੀ ਔਲਾਦ ਆ ਉਹ ਨੇਕ ਨਿਕਲੇ, ਅਤੇ ਮਹਿਲ ਸਿੰਘ ਇੱਕ ਇਸ ਤਰ੍ਹਾਂ ਦਾ ਨੇਕ ਇਨਸਾਨ ਨਿਕਲਿਆ। ਇੰਨੀ ਗਰੀਬੀ ਦੇ ਵਿੱਚ ਇਹਨਾਂ ਨੇ ਦਿਨ ਕੱਟੇ ਨੇ ਬਹੁਤ ਜ਼ਿਆਦਾ ਜੀ, ਕਿਉਂਕਿ ਸਾਡੇ ਤਾਂ ਗਵਾਂਢੀ ਨੇ ਅਸੀਂ ਦੇਖਿਆ ਹੋਇਆ, ਇਹਨਾਂ ਦੇ ਬਹੁਤ ਮੰਦੇ ਹਾਲਾਤ ਵੀ ਸੀ ਉਸ ਟਾਈਮ 'ਚ। ਇਹਨੇ ਇੰਨਾ ਸਟਰਗਲ ਕਰਿਆ ਜੀ ਮਹਿਲ ਸਿੰਘ ਨੇ, ਆਪਣੇ ਸਿਰ 'ਤੇ ਕਿਸੇ ਤੋਂ ਉਧਾਰ ਨਹੀਂ ਮੰਗਿਆ, ਕਿਸੇ ਨਾਲ ਠੱਗੀ ਨਹੀਂ ਮਾਰੀ, ਚੋਰੀ ਨਹੀਂ ਕੀਤੀ, ਆਪਣੇ ਬਲਬੂਤੇ 'ਤੇ ਇੰਨਾ ਕੁਛ ਖੜਾ ਕਰ ਦੇਣਾ, ਮਹਿਲ ਖੜੇ ਕਰੇ ਹੋਏ ਨੇ ਜੀ ਇੱਥੇ ਪਿੰਡਾਂ ਦੇ ਵਿੱਚ ਵੀ, ਸ਼ਹਿਰ ਦੇ ਵਿੱਚ ਵੀ, ਅਤੇ ਆਪਣੇ ਬਾਪੂ ਨੂੰ ਹਰੇਕ ਸੁੱਖ ਸਹੂਲਤ। ਅੱਜ 2 ਨੌਕਰ ਦਿੱਤੇ ਹੋਏ ਨੇ ਜੀ ਬਾਪੂ ਨੂੰ ਮਾਲਿਸ਼ ਕਰਨ ਵਾਸਤੇ ਅਲੱਗ, ਉਹਨਾਂ ਦੀ ਦੇਖਭਾਲ ਵਾਸਤੇ, ਮਾਲਿਸ਼ ਕਰਨ ਵਾਸਤੇ ਅਲੱਗ ਗਿਆ, ਖਾਣਾ ਖਾਣ ਵਾਸਤੇ ਅਲੱਗ ਗਿਆ। ਜਦੋਂ ਵੀ ਮੈਂ ਤਾਂ ਆਮ ਦੇਖਦਾ ਰਹਿੰਦਾ, ਜਦੋਂ ਵੀ ਆਉਂਦੇ ਨੇ ਮਿਲ ਕੇ ਜਾਂਦੇ ਨੇ, ਇਹਨਾਂ ਸ਼ਾਮ ਨੂੰ ਉਹਨਾਂ ਨੌਕਰਾਂ ਨੂੰ ਕਹਿਣਾ ਵੀ ਮੈਨੂੰ ਫੋਟੋ ਖਿੱਚ ਕੇ ਪਾਓ ਵੀ ਅੱਜ ਬਾਪੂ ਜੀ ਨੂੰ ਕੀ ਖਾਣੇ ਵਿੱਚ ਦਿੱਤਾ, ਸਵੇਰੇ ਕੀ ਦਿੱਤਾ, ਸ਼ਾਮ ਨੂੰ ਕੀ ਦਿੱਤਾ।
उन्होंने वीडियो कॉल ते दे लेना जी दसो की खा रहे ने बापू जी की कर रहे हैं पर इन्ना कुछ करन दे बावजूद भी सानू साड़ी समझ तो बाहर आ भी उन्हां दी मानसिकता फिर भी उत्थे ही टिकी हुई है भी लोकां दी चुगली निंदिया उन्हां वल्लों सरपंच साहब स्पष्टीकरण दी बाच दित्ता गया जी भी मेरा बेटा बेगुनाह है ते उन्होंने आपदे तौर ते कहा कि साडे विच इहदे कोई गलबात नहीं हैगी भी मैथों बुलाया गया यही जी पता नहीं लग रहा कोई भी शरारती अंसर किहड़े सी जिहड़े उन्हां नूं चुक के लै गए ने कुछ तुहानूं पता ही है जी भी इस उम्र दे विच जदों कोई बंदा शराब दा आदी हो जांदा शराब पी के ते साडी वर्गी बंदिआं नूं नहीं पता लगदा भी की बोलना की नहीं बंदा अवल टबल बोलन लग जांदा तो वह इस उम्र के शराब के हालात के पता नहीं किहड़े मेरे पत्रकार वीर ने जां किसी ने गुमराह करके उन्हें भी वीडियो पाई साडे साडा पक्ष ही नहीं लिया पिंड का एक भी बंदा उत्थे नहीं सी किसी को दो बंदयां नूं ते पुछदे भी महल सिंह किस तरह का इंसान है किसी के चरित्र नूं इस तरह उछालना वह भी बिना किसी वजह तो बहुत माड़ी गल है जी। चलो ये सके साडे नाल पिंड दे सरपंच साहब ते हाँ जी बजुर्ग पलीपाती पूरे हालात बारे जानते हैं पूरे नगर के रहने वाले ने गल करते हैं इन्हों भी इस लैके की व्यू है। हाँ जी की नाम है जी? वाहिगुरू नाम बता दाना वाहिगुरू का खालसा वाहिगुरू खड़े। मेरा नाम बलवीर सिंह है जी। गुआढ़ मेरा भरा नाल ही बिल्कुल महल सिंह मेरा भरा है छोटा तो जोड़ा चाचा मेरा सरदूल सिंह आ मेरे ख्याल महल सिंह मैं ज़्यादा जानता उन्होंने आदतों जिधर हूँ आया मैनू पता लगा कि चाचा भी आया तो मगर महल सिंह भी आया मैं सरपंच साहब के घर बैठा सरदीप के उत्थे चले गया है तुरै तो जाता नहीं एक कुर्सी जै करी जाता लत्तां ना मैं चाचा की लैना है तू इत तेन शराब का घाटा कर जो मर्जी उत्थे तेन दे देंगे जा के बह जा के डिग पेगा तेरा मूँह सिर चलिया जाना सारा तो फिर कि ना लावेंगा जाके चल जा चुप करके यदि इन्नी सेवा की महल सोने जी के वास्ते बदनामी इन्हें की आ जी यदि नूँह जगीर कौर सवेर का नाँ लैन वाली है मेरी भरजाई है उस नूँ तो आपके पुत्रा नूं ज़्यादा भंडिया महल सोना भी जे कोई रौला महल सोना ही ये गल कर लेंदा हूँ जो उन्होंने पूछा है इंता मैं तो जो बंदे आए ने मैनू गुरमाह कर लिया है तो मैं समझा कोई अफसर ने पुलिस के बंदे आते मैनू सियान नहीं आई मेरे पुत महल सौदे उन्हें मेथों आह लफ्ज खुआते मैनू पता ही नहीं लगा जे दसन लगी इतने साढ़े गुरद्वारे बहुत पैसे लाए सामने निशान साहब लाया है अगले गुरद्वारे पिंड स्कूलों च भी गरीबों के घर पाए ने जिन्हों कहे लोड़ होंगी आ ये घर आ जाता जे आप ही फोन कर लेंदा योजा बंदा है महल सिंह जिदे बारे ये बंदे ने कथा बना के किसी ने कर दी आ जे कर साडे काबू आ जाए ना तो फिर स्वाद आऊगा मैं तो दस नहीं सकता जी जगीर घोड़े को सामभदी आ आपके हत्थों उत्थे मार्च करती रही आदि डंड ला दिती इन्हें इनू अकल नहीं आई मासा बुढ़े को मैं 15 साल हो गए डकदा चाचा तू शराब ना पी अगर मैं छड गया मैं तेरा भतीजा है तो छोटा 15-20 साल तू शराब छड़ दे तू बोधी पता नहीं की बोली जाना दिन तू मनता नहीं गा सवेरे तू मनता ही नहीं गा पर इन्हें बहुत माड़ी की है सानू बड़ा हिरख है जो महल सिंह ने कथा लाई आए ने कि मैं आ करके कर दिया यदा सबूत कर दिया कि बंदा कि सानू नहीं पता अं सारा नगर बैठे हाँ इतने पिंड कोई बंदा कह के उठ के दस दे मेरे पोतरे चुके लए मेरा फलाना कोल पोतरे बैठे ने कोई भी बंदा खवा तो सानू पता नहीं अच्छे चंगा वाला छड़ के गए रोटी खाँदा कोल महल सिंह बैठा अं इन समाने छड़ गए ये मगरों के बंदा कोई सानू पता नहीं गा महल संगर का बंदा कोई नहीं हैगा कथा करता कथा वन हर इलाके जाता कितने नहीं जाता कनेडा अमरीका सब आस्ट्रेलिया जाता है बड़े बड़े गुरदा लोग लैके जाते हैं आ साडे तुहानूं की लगता बापू जी ये चाल है किसी की भी जो बदनाम किया जाए। हाँ जी ये जो बदनाम किया है ये चाल है किसी की किन्ने करवाया किन्ने नहीं पता लग जूगा सही जिहे जे तुसीं भी थोड़ा जिहा सोच के गल करनी ही साडा पिंड आ नगर इत्थे कनीब नगर चिचलाल फुट डेरा धन्ना सिंह नंबरदार दा वजदा उत्थे रहिंदे असीं दूर हाँ किलो कु मीटर ते महल सिंह दे नाल आ घर साडा इत्थे बैठे हाँ ये किसी चाल इस बंदे नूं बदनाम कर लईए बंदा कल परसों दी जे गल आ भी ये तो सैकलों के धक्के खाँदा फिरदा हुंदा सी ये किथे चढ़ गया ये चाल दे नाल थले लाया लै तो उहने आपदे दिमाग नाल ही आ। चलो वाहिगुरू खालसा वाहिगुरू इस के बापू जी इन्होंने भी बहुत वधिया व्यू दित्ता गा कहा गया कि भाई महल सिंह ने हमेशा इंसानियत के काम किए हैं लोड़वंद परिवार की मदद की है पता नहीं कि बच्चों के दाच जाके बच्चों लोड़वंद परिवार जिथे कि परिवारों तंग किया जाता कि ब्याह में मोटरसाइकिल की मांग की जाती है तो परिवार ने मांग की जाके तो इन्होंने वो परिवारों ने खड़ के उस बेटी के कार्ज के बहुत बड़ी भूमिका निभाई है अक्सर यहोजे लोग बहुत घट होंगे जिमें आप मैं अक्सर कहना हूँ क
कि इतने इंसान तो बहुत देखे ने पर इंसानियत का फर्ज ने जोड़े वो बिरदे लोग निभाते हैं जिमें कि इन्होंने धियां के हकों खड़ के पता नहीं कितने कितने जाके कितने किन्ने परिवार की मदद की।